ਅਗਲੀ ਖਬਰ ਵਾ ਚਲੀਏ, ਜਿਸ ਤਰ੍ਹਾਂ ਅਮਰੀਕਾ ਤੋਂ ਜਿਹੜੀ ਡਰੱਗ ਆ ਉਹ ਕੈਨੇਡਾ ਜਾਂਦੀ ਰਹਿੰਦੀ ਆ, ਹੁਣ ਕੈਨੇਡਾ ਤੋਂ ਇੱਕ ਟਰੱਕ ਡਰਾਈਵਰ ਨੂੰ ਜਿਹੜਾ ਫੜਿਆ ਗਿਆ, ਜਿਹੜਾ 250 ਪੌਂਡ ਦੇ ਕਰੀਬ ਕੋਕੇਨ ਲੈ ਕੇ ਆ ਰਿਹਾ ਸੀ ਬਲੂ ਵਾਟਰ ਬ੍ਰਿਜ ਦੇ ਥਰੂ, ਤੇ US ਕਸਟਮ ਪ੍ਰੋਟੈਕਸ਼ਨ ਵਾਲੇ ਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਇਹ ਕਿਹਾ ਆ ਵੀ ਯੂਲੀ ਸਵੋਸਨ ਸਾਥੀ ਅਸਲੀਨਾ ਇਹ ਜਿਹੜਾ ਹੈਗਾ ਆ 42 ਸਾਲਾਂ ਦਾ, ਇਸ ਨੂੰ ਹੁਣ $3 ਮਿਲੀਅਨ ਦਾ ਬੌਂਡ ਇਹਦਾ ਰੱਖਿਆ ਗਿਆ 72nd ਡਿਸਟ੍ਰਿਕਟ ਕੋਰਟ ਦੇ ਵਿੱਚ। ਸੋ ਇਹ ਬੜੀ ਮਾੜੀ ਗੱਲ ਆ, ਦੇਖੋ ਵੀ ਜਿੱਥੇ ਇੰਨੀ ਡਰੱਗ ਜਾਣੀ ਆ ਤੇ ਜਿਹਨਾਂ ਲੋਕਾਂ ਕੋਲ ਜਾਣੀ ਆ ਕਿੱਦਾਂ ਉਹਨਾਂ ਨੇ ਖਾ ਕੇ ਮਰਨਾ ਹੈਗਾ। ਇਹ ਇੱਕ ਟਰੱਕਿੰਗ ਇੰਡਸਟਰੀ ਚ ਮੈਂ ਕਹਿੰਦਾ ਇੱਕ ਇਸ ਵੇਲੇ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਜਿਹੜੀ ਡਰੱਗ ਤੇ ਆ ਚੱਲ ਰਹੀ ਆ। ਉਹ ਚਾਹੇ ਅਮਰੀਕਾ ਤੋਂ ਕਨੇਡਾ ਜਾ ਰਹੀ ਆ, ਕਨੇਡਾ ਤੋਂ ਅਮਰੀਕਾ ਆ ਰਹੀ ਆ, ਮੈਕਸੀਕੋ ਤੋਂ ਅਮਰੀਕਾ ਆ ਰਹੀ ਆ, ਇਹ ਇਹਨੂੰ ਹੈਂਡਲ ਕਰਨਾ ਬੜਾ ਇਸ ਟਾਈਮ ਔਖਾ ਹੋਇਆ ਪਿਛਲੇ ਪਿਆ। ਦਿਨਾਂ 'ਚ ਆਪਾਂ ਦੇਖਿਆ ਸੀ ਹਰਜੋਤ ਸਿੰਘ ਜੀ, ਇੱਥੇ ਫਰੈਸਨੋ ਦੇ ਦੋ ਜਿਹੜੇ ਮੁੰਡੇ ਉਹ ਫੜੇ ਗਏ ਸੀਗੇ ਵੀ ਜੀ ਚੱਲੋਆਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਜਿਹੜਾ ਨਸ਼ੀਲੇ ਪਦਾਰਥ ਸੀਗੇ, ਤੇ ਉਹ ਦੇਖੋ ਅੱਗੇ ਉੱਧਰ ਗਾਂ ਸਪਲਾਈ ਕਰਨ ਜਾ ਰਹੇ ਸੀਗੇ ਤੇ ਉਹ ਜਿਹਨੂੰ ਦੇਣਾ ਸੀਗਾ ਉਹ ਅੰਡਰਕਵਰ ਏਜੰਟ ਸੀਗਾ ਤੇ ਉਹ ਫੜ ਹੋ ਗਏ ਸੀਗੇ। ਸੋ ਇਹ ਇੱਦਾਂ ਦੀ ਜਿਹੜੀ ਸਥਿਤੀ ਆ ਇਹ ਮਾੜੀ ਚੀਜ਼ ਆ, ਓਵਰਆਲ ਇੰਡਸਟਰੀ ਨੂੰ ਬਦਨਾਮ ਕਰਦੀ ਆ, ਕਮਿਊਨਿਟੀ ਨੂੰ ਬਦਨਾਮ ਕਰਦੀ ਆ। ਇੰਡਸਟਰੀ ਦੇ ਵਿੱਚ ਰਮਨ ਜੀ ਇਸ ਤੋਂ ਬਚਣ ਦੇ ਲਈ ਜਾਂ ਇਹਨੂੰ ਲੈ ਕੇ ਕੀ ਕੋਈ ਪ੍ਰੋਗਰਾਮ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਲਾ ਇਨਫੋਰਸਮੈਂਟ ਦੇ ਨਾਲ ਮਿਲ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ? ਰਾਜ ਦੇ ਦੇਖੋ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕੋਈ ਵੀ ਨਾਲ ਲੜ ਕੇ ਨਹੀਂ ਚੱਲਦਾ, ਕੋਈ ਵੀ ਕੁਛ ਨਹੀਂ ਕਰਦਾ। ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਪਤਾ ਹੈ ਕਿ ਕੁਇਕ ਰਿਚ ਸਕੀਮ ਦੇ ਵਿੱਚ ਆਉਂਦੀਆਂ, ਇਹ ਕੁਇਕ ਰਿਚ ਰਿਟਰਨ ਦੇ ਵਿੱਚ ਆਉਂਦਾ ਸਾਰਾ ਕੁਛ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਪ੍ਰੋਬਲਮ ਹੈਗੀ, ਕੋਈ ਇਸ਼ੂ ਹੈ, ਜਸਟ ਅ ਕੁਇਕ ਰਿਚ ਸਕੀਮ ਹੈਗੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਹਾਂ, ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਆਪਾਂ ਆਈ ਡੋਂਟ ਨੋ ਕਿ ਇਹ ਤਾਂ ਕਾਮਨ ਸੈਂਸ ਔਰ ਸਮਝ ਹੋਣੀ ਚਾਹੀਦੀ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੇ ਚੀਜ਼ਾਂ ਨੇ ਤੁਹਾਨੂੰ ਅਮੀਰ ਨਹੀਂ ਕਰਨਾ ਜਾਂ ਵੱਡਿਆਂ ਨਹੀਂ ਕਰਨਾ, ਇਹ ਤਾਂ ਡਿਫਰੈਂਟ ਕਹਾਣੀ ਹੈਗੀ ਆ, ਠੀਕ ਆ। ਸੋ ਰਾਜ ਇੱਥੇ ਮੈਂ ਨਾ ਇਹ ਚੀਜ਼ਾਂ ਤਾਂ ਆਪਣੀਆਂ ਚੱਲਦੀਆਂ ਰਹਿੰਦੀਆਂ, ਪਰ ਇੱਕ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈਗੀ ਆ, FMCSA ਵੱਲੋਂ ਕੱਲ੍ਹ ਹਾਈ ਅਲਰਟ ਆਇਆ ਹੈਗਾ ਕਿ ਬਹੁਤ ਜਿਹੜੀਆਂ ਫੇਕ ਈਮੇਲਸ ਆ ਰਹੀਆਂ ਹੈਗੀਆਂ FMCSA ਆਡਿਟ ਦੀਆਂ ਲੋਕਾਂ ਨੂੰ, ਠੀਕ ਹੈ। ਹਾਂਜੀ, ਉਹਨਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਫਾਰਮ ਦੇ ਉੱਤੇ ਸੋਸ਼ਲ ਸਿਕਿਉਰਿਟੀ USDOT ਪਿੰਨ ਨੰਬਰ ਜਿਹੜਾ ਪੁੱਛਿਆ ਜਾਂਦਾ ਆ, ਤੁਹਾਡੇ ਡਰਾਈਵਰ ਲਾਇਸੈਂਸ ਦੀ ਫੋਟੋ ਮੰਗੀ ਜਾਂਦੀ ਆ, ਕਈ ਕੁਛ ਮੰਗਿਆ ਜਾਂਦਾ ਹੈ। ਸੋ ਉਹ ਬਿਲਕੁਲ ਫਰੋਡ ਵਾਲੀਆਂ ਈਮੇਲਸ ਹੈਗੀਆਂ ਆ। ਜਿਹੜੀਆਂ ਈਮੇਲਸ ਆ ਰਹੀਆਂ ਹੈਗੀਆਂ ਉਹ ਆ ਰਹੀਆਂ ਹੈਗੀਆਂ safety@fmcsa.gov, filing@fmcsa.gov, filings@fmcsa.gov, audit@fmcsa.gov। ਇੱਕ ਈਮੇਲ ਆ ਰਹੀ ਆ fmcsa-safety-fmcsa.com। ਸੋ ਇਹ ਜਿਹੜੀਆਂ ਈਮੇਲ ਹੈਗੀਆਂ ਇਹ ਟੋਟਲੀ ਫੇਕ ਈਮੇਲ ਹੈਗੀਆਂ ਆ। ਉਹਨਾਂ ਨੇ ਹਦਾਇਤ ਕੀਤੀ ਆ ਕਿ ਇਹਨਾਂ ਦੇ ਕਿਸੇ ਵੀ ਜਿਹੜੇ ਈਮੇਲ ਦੇ ਲਿੰਕ ਦੇ ਉੱਤੇ ਤੁਸੀਂ ਕੋਈ ਵੀ ਕਲਿੱਕ ਨਹੀਂ ਕਰਨਾ ਹੈਗਾ, ਕਿਸੇ ਵੀ ਜਿਹੜੀ ਸਸਪੀਸ਼ੀਅਸ ਲਿੰਕ ਹੈਗਾ ਉਹਨਾਂ ਦੇ ਉੱਤੇ ਤੁਸੀਂ ਆਪਣਾ ਕਰਸਰ ਲੈ ਕੇ ਜਾਓ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਈਮੇਲ ਰੀਅਲ ਈਮੇਲ ਕਿੱਥੋਂ ਆਈ ਹੈਗੀ ਆ, ਉਹਨੂੰ ਕਲਿੱਕ ਨਹੀਂ ਕਰਨਾ, ਸਿਰਫ ਉਹਦੇ ਉੱਤੇ ਆਪਣਾ ਮਾਊਸ ਮਤਲਬ ਲੈ ਕੇ ਜਾਣਾ ਆ, ਉਹਦੇ ਨਾਲ ਤੁਹਾਨੂੰ ਅਸਲੀ ਈਮੇਲ ਦਿਖਦੀ ਆ। ਉਸ ਤੋਂ ਬਾਅਦ ਤੁਸੀਂ ਸਾਈਬਰ ਸਿਕਿਉਰਿਟੀ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੇ ਇਹਦੀਆਂ ਸਾਰੀਆਂ ਗਾਈਡਲਾਈਨਸ ਦੇ ਸਕਦੇ ਹਾਂ ਈਮੇਲ ਰਿਸੀਵਿੰਗ ਦੀਆਂ।
ਫੈਡਰਲ ਟ੍ਰੇਡ ਕਮਿਸ਼ਨ ਜਿਹੜਾ ਹੈਗਾ ਆ ਉਹਦੀ ਜਾ ਕੇ ਤੁਸੀਂ ਈਮੇਲ ਵੈਰੀਫਿਕੇਸ਼ਨ ਜਿਹੜੀ ਆ ਉਹ ਦੇਖ ਸਕਦੇ ਆ। ਤੁਸੀਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੀ ਜਿਹੜੀ ਕੰਪਲੇਂਟ ਹੈਗੀ ਆ ਉਹ ਫਾਈਲ ਕਰ ਸਕਦੇ ਆ, ਜਾਂ ਤੁਸੀਂ FMCSA ਦੇ ਕੰਟੈਕਟ ਸੈਂਟਰ ਤੇ ਰੀਚ ਕਰ ਸਕਦੇ ਆ। ਇਹ ਜਿਹੜੇ ਸਾਰੇ ਲਿੰਕ ਔਰ ਸਾਰੀ ਇਨਫੋਰਮੇਸ਼ਨ ਹੈਗੀ ਆ ਇਹ ਆਪਣੇ ਨਾਪਟਾ ਦੀ ਵੈਬਸਾਈਟ ਦੇ ਉੱਤੇ ਜਿਹੜਾ ਰੀਸੋਰਸ ਟੈਬ ਹੈਗਾ ਉਹਦੇ ਥੱਲੇ ਅਸੀਂ ਸਾਰੇ ਲਿੰਕ ਜਿਹੜੇ ਆ ਪਾਏ ਹੋਏ ਆ, ਜਿਹਦੇ ਵਿੱਚ ਕਿ ਤੁਸੀਂ FBI ਤੇ ਰਿਪੋਰਟ ਕਰਨੀ ਆ ਜਾਂ ਤੁਸੀਂ ਫੈਡਰਲ ਟ੍ਰੇਡ ਕਮਿਸ਼ਨ ਦੇ ਜਾਣਾ ਆ, ਕੁਛ ਵੀ ਕਰਨਾ ਆ, ਉੱਥੇ ਤੁਹਾਨੂੰ ਸਾਰੇ ਲਿੰਕ ਜਿਹੜੇ ਆ ਉਹ ਮਿਲ ਜਾਣਗੇ। ਸੋ ਪਲੀਜ਼ ਜੇ ਤੁਹਾਨੂੰ ਇੱਦਾਂ ਦੀ ਕੋਈ ਈਮੇਲ ਆ ਰਹੀ ਆ, ਇਹ ਫਸਟ ਸਟੈਪ ਹੈਗਾ ਜਦੋਂ ਤੁਹਾਡੀ DOT ਦੀ ਇਨਫੋਰਮੇਸ਼ਨ ਚੇਂਜ ਹੋ ਕੇ ਚੋਰੀ ਹੋ ਕੇ ਉਸ ਤੋਂ ਬਾਅਦ ਤੁਹਾਡੇ ਨਾਂ ਤੇ ਲੋਡ ਬੁੱਕ ਹੁੰਦੇ ਆ ਔਰ ਤੁਹਾਨੂੰ ਪਤਾ ਨਹੀਂ ਲੱਗਦਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਔਰ ਦੂਸਰੀ ਚੀਜ਼ ਇਹ ਆ ਰਾਜਕਰਨ ਕਿ ਕੋਈ ਵੀ ਜਦੋਂ ਤੁਸੀਂ ਟਰੱਕਿੰਗ ਕੰਪਨੀਆਂ ਉਹਦੇ ਲਈ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਜਿਵੇਂ ਸਵੇਰੇ ਉੱਠ ਕੇ ਤੁਸੀਂ ਬਰੱਸ਼ ਕਰਦੇ ਆ, ਫਿਰ ਸਵੇਰੇ ਉੱਠ ਕੇ ਤੁਸੀਂ ਆਪਣੇ ਕੱਪੜੇ ਚੇਂਜ ਕਰਦੇ ਆ, ਨਹਾਉਂਦੇ ਆ ਜਾਂ ਆਪਣਾ ਮੂੰਹ ਧੋਂਦੇ ਆ, ਚਾਹ ਪੀਂਦੇ ਆ, ਇਹ ਇੱਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੀ ਇੱਕ ਰੂਟੀਨ ਆ। ਸੋ ਟਰੱਕਿੰਗ ਕੰਪਨੀਆਂ ਨੂੰ ਰੂਟੀਨ ਬਣਾਉਣੀ ਚਾਹੀਦੀ ਆ ਕਿ ਸੇਫਰ ਤੇ ਜਾ ਕੇ ਜਿਹੜੀਆਂ ਜਿਹੜੀਆਂ ਵੈਬਸਾਈਟਾਂ ਹੈਗੀਆਂ ਜਾਂ ਤੁਸੀਂ ਲੋਡ ਬ੍ਰੋਕਰ 411 ਤੇ ਜਾ ਕੇ ਆਪਣੀ ਜਿਹੜੀ ਟਰੱਕਿੰਗ ਕੰਪਨੀ ਆ ਉਹਦਾ ਡਾਟਾ ਜ਼ਰੂਰ ਚੈੱਕ ਕਰੋ, ਉਹਦੀ ਇਨਫੋਰਮੇਸ਼ਨ ਐਵਰੀ ਸਿੰਗਲ ਡੇ ਚੈੱਕ ਕਰੋ ਕਿ ਕਿਤੇ ਚੇਂਜ ਤਾਂ ਨਹੀਂ ਹੋਈ, ਗਲਤੀ ਨਾ ਕਿਤੇ। ਇਹ ਰੂਟੀਨ ਹੋਣੀ ਚਾਹੀਦੀ ਆ ਤੁਹਾਡੀ ਕਿ ਐਵਰੀ ਮਾਰਨਿੰਗ ਯੂ ਸ਼ੁਡ ਚੈੱਕ ਯੂਅਰ ਕੰਪਨੀ ਕਿ ਉਹਦੀ ਕੋਈ ਇਨਫੋਰਮੇਸ਼ਨ, ਜੇ ਤੁਸੀਂ ਇਹਨਾਂ ਫਰੋਡਸ ਤੋਂ ਬਚਣਾ ਹੈਗਾ, ਠੀਕ ਹੈ। ਜੇ ਤੁਸੀਂ ਇਹਨਾਂ ਫਰੋਡਸ ਤੋਂ, ਇਹ ਫਰੋਡ ਜਿਹੜੇ ਆ ਅਣਗਹਿਲੀ ਤੁਹਾਡੀ, ਠੀਕ ਹੈ, ਤੁਹਾਡੀ ਗਲਤੀ ਕੋਈ ਨੀ, ਠੀਕ ਹੈ ਨਾ, ਤੁਸੀਂ ਅਣਜਾਣੇ ਗਲਤੀ ਦੇ ਨਾਲ ਕਿਤੇ ਤੁਸੀਂ ਕਲਿੱਕ ਕਰ ਬੈਠੇ ਆ, ਠੀਕ ਹੈ ਨਾ, ਤੇ ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈਗੀ, ਤੁਹਾਡਾ ਕੋਈ ਇਸ਼ੂ ਚੱਲ ਰਿਹਾ ਹੈਗਾ, ਤੇ ਉਹਦੇ ਵਿੱਚ ਤੁਸੀਂ ਕਰ ਲੈਂਦੇ ਆ। ਪਰ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਕਿ ਤੁਸੀਂ ਇਹ ਚੀਜ਼ਾਂ ਨੂੰ ਜਿਹੜੀਆਂ ਆ ਐਵਰੀ ਡੇ ਜਾ ਕੇ ਚੈੱਕ ਕਰੋ, ਅਦਰਵਾਈਜ਼ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਵੱਧਦੀ ਜਾਊਗੀ। ਜੀ 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 ਬਿਲਕੁਲ, ਇਹ ਪ੍ਰੋਬਲਮ ਉਹੀ ਆ ਰਹੀ ਹੈ ਵੀ ਜਿਹੜੇ ਇੰਡੀਆ ਤੋਂ ਡਿਸਪੈਚਿੰਗ, ਇੰਡੀਆ ਤੋਂ ਹੀ ਕਾਲਾਂ ਆਉਂਦੀਆਂ ਹੈਗੀਆਂ, ਡਾਟਾ ਚੋਰੀ ਸਾਰਾ ਉੱਥੇ ਹੋ ਰਿਹਾ ਆ, ਜਦੋਂ ਆਪ ਹੀ ਡਾਟਾ ਉੱਥੇ ਘੱਲਣ ਰਹੇ ਆ ਆਪਾਂ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਬਿਲਕੁਲ। ਸੋ ਜਿਹੜੀ ਰਾਤੋ ਰਾਤ ਅਮੀਰ ਹੋਣ ਵਾਲੀ ਤੇ ਉਤੋਂ ਨਾਲ ਦੇ ਨਾਲ ਵਿੱਚ ਆ ਸਕੈਮ ਕਰਨੇ, ਇਹ ਵੀ ਮਤਲਬ ਲੋਕਾਂ ਨੂੰ ਲੁੱਟ ਕੇ ਪੈਸੇ ਬਣਾਉਣ ਵਾਲੀਆਂ ਸਕੀਮਾਂ ਨੇ। ਸੋ ਜਿਹੜਾ ਬਚ ਕੇ ਧਿਆਨ ਨਾਲ। ਜੀ ਜੀ ਰਮਨ ਜੀ, ਰਾਜਨ ਮੈਂ ਇੱਥੇ ਇਹ ਗੱਲ ਕਰ ਰਿਹਾ ਕਿ ਅਸੀਂ ਕਿਸੇ ਵੀ ਕੋਈ ਬਿਜ਼ਨਸ, ਜੇ ਕੋਈ ਚੰਗਾ ਕੰਮ ਕਰ ਰਿਹਾ ਹੈਗਾ, ਕੋਈ ਕਿਤੇ ਬਾਹਰ ਵੀ ਬੈਠਾ ਹੈਗਾ, ਅਸੀਂ ਕਿਸੇ ਦੇ ਖਿਲਾਫ਼ ਨਹੀਂ ਗਏ, ਜਾਂ ਕੋਈ ਅਸੀਂ ਇਹ ਨਹੀਂ ਚਾਹੁੰਦੇ ਵੀ ਇੰਡੀਆ ਦੇ ਵਿੱਚ ਕੰਮ ਨਾ ਜਾਵੇ ਜਾਂ ਬਾਹਰ ਕਿਸੇ, ਪਰ ਜਿੱਥੇ ਫਰੋਡ ਆਉਂਦਾ ਨਾ ਉੱਥੇ ਦਿਲ ਤੁਹਾਡਾ ਦੁਖਦਾ ਹੈ ਕਿ ਤੁਸੀਂ ਕਿਸੇ ਹੋਰ ਮਕਸਦ ਦੇ ਨਾਲ ਕੰਮ ਕਰ ਰਹੇ ਹਾਂ ਪਰ ਤੁਹਾਡਾ ਸਾਰਾ ਕੰਮ ਹੋਰ ਖਰਾਬ ਹੋ ਰਿਹਾ। ਔਰ ਬਹੁਤਿਆਂ ਨੂੰ ਜਦੋਂ ਮੈਂ ਪੁੱਛਦਾ ਹਾਂ ਨਾ, ਬਹੁਤਿਆਂ ਨੇ ਜਦੋਂ ਦੱਸਦੇ ਆ ਕਿ ਸਾਡਾ ਆਫਿਸ ਹੈ ਉੱਥੇ, ਤੇ ਜੇ ਉਹਨਾਂ ਨੂੰ ਕਹੀਏ ਨਾ ਵੀ ਯਾਰ ਇੱਦਾਂ, ਉਹ ਨੇ ਉਹ ਮੇਰੇ ਮਾਛੜ ਦੇ ਮੁੰਡੇ, ਮੇਰੇ ਤਾਏ ਦੇ ਮੁੰਡੇ, ਮੇਰੇ ਚਾਚੇ ਦੇ, ਉਹ ਮਤਲਬ ਉਹ ਪਿੰਡ ਦੇ ਆ ਸਾਡੇ ਕੋਲ, ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ, ਉਹ ਭਰਾ ਇਹ ਕਿਤੇ ਨਾ ਕਿਤੇ ਲੀਕ ਤਾਂ ਉੱਥੇ ਹੀ ਹੋ ਰਿਹਾ ਨਾ। ਸੋ ਅਸੀਂ ਕਿਸੇ ਦੇ ਖਿਲਾਫ਼ ਨਹੀਂ ਗੇ, ਪਰ ਇਹ ਆ ਵੀ ਵੀ ਆਰ ਜਸਟ ਟਰਾਇੰਗ ਟੂ ਟੈਲ ਕਿ ਜਿੱਥੇ ਸਿਚੁਏਸ਼ਨ ਖੜੀ ਆ, ਔਰ ਬਹੁਤ ਜਿੰਨੇ ਵੀ ਮੈਜੋਰਟੀ ਇਸ ਵੇਲੇ ਆਪਾਂ ਗੱਲ ਕਰਦੇ ਹਾਂ, ਮਜੋਰਟੀ ਸਾਰੇ ਇਹੋ ਹੀ ਕਹਿੰਦੇ ਆ ਕਿ ਸਾਨੂੰ ਕਾਲ ਵੀ ਇੰਡੀਆ ਤੋਂ ਆਉਂਦੀ ਹੈ, ਤੁਹਾਨੂੰ ਲੋਡ ਲੈ ਦਿੰਦੇ ਹਾਂ, ਤੁਹਾਨੂੰ ਆਹ ਕਰ ਦਿੰਦੇ, ਤੁਹਾਨੂੰ ਆਹ ਕਰ ਦਿੰਦੇ, ਤੁਹਾਨੂੰ ਪੱਕੇ ਲੋਡ ਲੈ ਦਿੰਦੇ ਆ। ਸੋ ਕਾਲਾਂ ਵੀ ਉੱਥੋਂ ਹੀ ਆ ਰਹੀਆਂ, ਫਿਰ ਤੁਹਾਨੂੰ ਆਪੇ ਹੀ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਪ੍ਰੋਬਲਮ ਆ ਰਹੀ ਹੈ। ਜੀ ਜੀ